ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਲਈ ਕਈ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਵੱਲੋਂ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਅੰਮ੍ਰਿਤਸਰ ਵਿੱਚ ਇੱਕ ਨਸ਼ਾ ਮੁਕਤ ਰੈਲੀ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਵਿਸ਼ੇਸ਼ ਤੌਰ ਉੱਤੇ ਡਾਕਟਰ ਜੇਪੀ ਸਿੰਘ ਅਤੇ ਪ੍ਰਧਾਨ ਸ਼ੰਕਰ ਉਪਾਧਿਆ ਨੇ ਵੀ ਸ਼ਮੂਲੀਅਤ ਕੀਤੀ। ਇਸ ਰੈਲੀ ਨੂੰ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਰੈਲੀ ਵਿੱਚ ਉਤਸ਼ਾਹ ਵਿਖਾਉਂਦਿਆਂ ਹਜ਼ਾਰਾਂ ਦੀ ਤਾਦਾਦ ਵਿੱਚ ਨੌਜਵਾਨਾਂ ਨੇ ਭਾਗ ਲਿਆ ਅਤੇ ਨਸ਼ਾ ਮੁਕਤ ਭਾਰਤ ਦੇ ਨਾਅਰੇ ਵੀ ਲਾਏ। ਸਾਰੇ ਹੀ ਅਸੀਂ 15 ਅਗਸਤ ਦੀ ਇੱਕ ਤਾਂ ਸਾਰਿਆਂ ਨੂੰ ਵਧਾਈ ਦਿੰਦੇ ਹਾਂ, ਦੂਜਾ ਅਸੀਂ ਨਸ਼ੇ ਦੇ ਖਿਲਾਫ਼ ਲੜਨ ਦੀ ਜਾਗਰੂਕਤਾ ਪੈਦਾ ਕਰਨ ਆਏ ਹਾਂ। ਅਸੀਂ ਇੱਥੋਂ ਚੱਲ ਕੇ ਜਲ੍ਹਿਆਂ ਵਾਲੇ ਬਾਗ 'ਚ ਸ਼ਹੀਦਾਂ ਨੂੰ ਨਮਸਕਾਰ ਕਰਾਂਗੇ, ਨਾਲੇ ਉੱਥੇ ਅਸੀਂ ਸਹੁੰ ਚੁੱਕਾਂਗੇ ਕਿ ਨਾ ਨਸ਼ਾ ਹੀ ਕਰਾਂਗੇ, ਨਾ ਕਿਸੇ ਨੂੰ ਇਹ ਕਰਨ ਦੇਵਾਂਗੇ। ਜੇ ਕੋਈ ਸਾਡੇ ਆਂਢ ਗੁਆਂਢ ਜਾਂ ਲਾਗੇ ਚਾਗੇ ਨਸ਼ਾ ਵੇਚੂਗਾ, ਉਹਨੂੰ ਫੜ ਕੇ ਅਸੀਂ ਪ੍ਰਸ਼ਾਸਨ ਦੇ ਹਵਾਲੇ ਕਰਾਂਗੇ ਅਤੇ ਉਹਨੂੰ ਜੇਲ੍ਹ ਦੀ ਹਵਾ ਖਵਾਂਗੇ। ਇਸ ਕਰਕੇ ਇਹ ਸਾਰੇ ਹੀ ਵੀਰਾਂ ਨੂੰ ਬੇਨਤੀ ਕਰਦਾ ਹਾਂ ਕਿ ਜੇ ਕੋਈ ਤੁਹਾਡੇ ਲਾਗੇ ਨਸ਼ਾ ਵੇਚਦਾ ਵਾ, ਉਹ ਤੁਸੀਂ ਪ੍ਰਸ਼ਾਸਨ ਕੋਲ ਜਾਓ, ਉਹਦੀ ਇਤਲਾਹ ਦਿਓ ਅਤੇ ਉਹਨੂੰ ਜੇਲ੍ਹਾਂ ਦੇ ਪਿੱਛੇ ਜੇਲ੍ਹ ਭੇਜੋ। ਅੱਜ ਉੱਤਰ ਪ੍ਰਦੇਸ਼ ਕਲਿਆਣ ਪਰਿਸ਼ਦ ਕੀ ਇੱਕ ਰੈਲੀ ਆ ਸੇ ਨਸ਼ਾ ਕੇ ਖਿਲਾਫ਼ ਜਾਗਰੂਕਤਾ ਅਭਿਆਨ ਰੈਲੀ, ਸੰਸਥਾਪਕ ਡਾਕਟਰ ਜੇ ਪੀ ਸਿੰਘ ਮਾਸਟਰ ਸੁਗਰੀ ਜੀ ਕੀ ਅਗਵਾਈ ਮੈਂ ਨਿਕਾਲੀ ਜਾ ਰਹੀ ਹੈ, ਜੋ ਜਾਲੀਆਂ ਵਾਲਾ ਬਾਗ ਤੱਕ ਜਾ ਕਰਕੇ ਸਮਾਪਤ ਹੋਗੀ, ਵਹਾਂ ਪੇ ਹਮ ਸਮਾਪਨ ਕਰੇਂਗੇ ਔਰ ਸ਼ਹੀਦੋ ਕੋ ਨਮਨ ਕਰੇਂਗੇ। ਹਮ ਸਾਥ ਹੀ ਹਮਾਰੇ ਉੱਤਰ ਪ੍ਰਦੇਸ਼ ਕਲਿਆਣ ਪਰਿਸ਼ਦ ਕੇ ਜੋ ਵੀ ਕਾਰਜਕਰਤਾ ਹੈ ਵਹਾਂ ਪੇ ਸ਼ਪਥ ਲੇਂਗੇ ਕਿ ਨਾ ਹਮ ਨਸ਼ਾ ਕਰੇਂਗੇ, ਨਾ ਹੀ ਨਸ਼ਾ ਕਰਨੇ ਵਾਲੇ ਕੋ ਛੁਪਨੇ ਦੇਂਗੇ, ਉਹਨੇ ਨਿਕਾਲ ਕਰਕੇ ਬਿੱਲ ਸੇ ਬਾਹਰ ਨਿਕਾਲ ਕਰਕੇ ਪ੍ਰਸ਼ਾਸਨ ਕੀ ਤਰਫ ਸੇ ਉਹਨੇ ਸਜ਼ਾ ਦਿਲਾਏਗੇ।